गल करांगे इंग्लैंड के हालात ते बोरिस जॉनसन की मौजूदा स्थिति बारे, लेकिन उस तो पहला गल पंजाब के विरासती त्योहारों के विचों एक तियां दे त्योहार की, क्योंकि एआर हेल्पिंग हैंड फाउंडेशन एंड इवेंट मास्टर्स इस बार लेके आ रहा है तियां दा मेला खास तुहाडे लिए। ते फिर तैयार रहो गिद्धा पाउण दे लिए 17 जुलाई दिन एतवार नूं। वधेरे जानकारी दे लिए वेखते रहो जोश इंडिया वैब टीवी ते एह खास इश्तिहार। ਤੀਆਂ ਦੇ ਦਿਨ ਤੇ ਗਿੱਧਾ ਪਾਉਣ ਲਈ ਹੋ ਜਾਓ ਸਾਰੇ ਤਿਆਰ। ਗਿੱਧਾ ਪਾਓ ਹਣ ਦਿਓ ਮਾਰ ਮਾਰ ਕੇ ਤਾੜੀ, ਕਿਉਂਕਿ AR ਹੈਲਪਿੰਗ ਹੈਂਡ ਫਾਊਂਡੇਸ਼ਨ ਐਂਡ ਇਵੈਂਟ ਮਾਸਟਰਸ ਲੈ ਕੇ ਆ ਰਿਹਾ ਹੈ ਤੀਆਂ ਦਾ ਮੇਲਾ ਇਸ ਵਾਰ 17 ਜੁਲਾਈ ਦਿਨ ਐਤਵਾਰ ਨੂੰ 244W ਓਲਡ ਕੰਟਰੀ ਰੋਡ ਹਿਕਸਵਿਲ ਨਿਊਯਾਰਕ 11801 ਯੂਨਾਈਟਿਡ ਸਟੇਟਸ। ਮੈਂ ਵੀ ਉੱਥੇ ਪਹੁੰਚ ਰਹੀ ਹਾਂ। ਆਪਾਂ ਰਲ ਮਿਲ ਕੇ ਖੂਬ ਇੰਜੋਏ ਕਰਾਂਗੇ, ਬੋਲੀਆਂ ਪਾਵਾਂਗੇ, ਗਿੱਧਾ ਪਾਵਾਂਗੇ ਤੇ ਬਸ ਰੌਣਕ ਲਾ ਦਾਂਗੇ। ਸੋ ਸੀ ਯੂ ਆਲ ਔਨ 17th ਆਫ ਜੁਲਾਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬੀ ਦੁਨੀਆ ਤੇ ਮੈਂ ਹਾਂ ਕੀਤਾ ਸਕਸੈਨਾ। ਇੰਗਲੈਂਡ ਦੇ ਵਿੱਚ ਹੁਣ ਬਿਲਕੁਲ ਇਹੋ ਜਿਹਾ ਸੰਕਟ ਚੱਲ ਰਿਹਾ ਹੈ ਜਿਹੋ ਜਿਹਾ ਪਿਛਲੇ ਕੁਝ ਦਿਨਾਂ ਦੌਰਾਨ ਮਹਾਰਾਸ਼ਟਰ ਤੇ ਉਧਵ ਠਾਕਰੇ ਦੀ ਸਰਕਾਰ ਤੇ ਦੇਖਣ ਨੂੰ ਮਿਲਿਆ ਸੀ। ਬੋਰਿਸ ਜਾਨਸਨ ਹੁਣ ਸਿਰਫ ਨਾਂ ਦੇ ਹੀ ਪ੍ਰਧਾਨ ਮੰਤਰੀ ਰਹਿ ਗਏ ਹਨ, ਕਿਉਂਕਿ ਪੰਜਾਬ ਦੇ ਲਗਭਗ ਸਾਥੀ MP ਉਹਨਾਂ ਨੂੰ ਛੱਡ ਕੇ ਜਾ ਚੁੱਕੇ ਹਨ। ਹੁਣ UK ਦੇ ਵਿੱਚ ਪਹਿਲੀ ਵਾਰ ਕਿਸੇ ਗੈਰ ਈਸਾਈ ਭਾਰਤੀ ਮੂਲ ਦੇ ਵਿਅਕਤੀ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਵੇਲੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ, ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਸੁਏਲਾ ਬ੍ਰੇਵਰਮੈਨ ਦੇਸ਼ ਦੇ ਇਸ ਪ੍ਰਮੁੱਖ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਭਾਰਤ ਦੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ, ਖੁਸ਼ੀ ਦੀ ਗੱਲ ਹੈ। ਜਿਹੜੇ ਦੇਸ਼ ਨੇ ਕਦੇ ਭਾਰਤ ਉੱਤੇ ਸੈਂਕੜੇ ਸਾਲ ਰਾਜ ਕੀਤਾ ਹੋਵੇ ਤੇ ਜਿਸ ਬਾਰੇ ਇਹ ਕਹਾਵਤ ਪ੍ਰਸਿੱਧ ਰਹੀ ਹੋਵੇ ਕਿ ਉਸਦੇ ਰਾਜ ਵਿੱਚ ਕਦੇ ਸੂਰਜ ਡੁੱਬਦਾ ਹੀ ਨਹੀਂ ਸੀ, ਉੱਥੇ ਹੁਣ ਕਿਸੇ ਭਾਰਤੀ ਦੇ ਪ੍ਰਧਾਨ ਮੰਤਰੀ ਬਣਨ ਦੀ ਗੱਲ ਹੋਣ ਲੱਗ ਪਈ ਹੈ। ਜੇ ਭਾਰਤੀ ਮੂਲ ਦਾ ਕੋਈ ਵਿਅਕਤੀ ਇਸ ਵਕਾਰੀ ਅਹੁਦੇ ਤੇ ਪੁੱਜਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਬਲੀਅਤ, ਵੱਡੀ ਇਤਿਹਾਸਕ ਤਬਦੀਲੀ ਹੋਵੇਗੀ। ਬੋਰਿਸ ਜਾਨਸਨ ਦੇ ਖਿਲਾਫ ਅਸਤੀਫਿਆਂ ਦੀ ਸ਼ੁਰੂਆਤ ਰਿਸ਼ੀ ਸੁਨਕ ਤੋਂ ਹੀ ਹੋਈ ਸੀ, ਜਦੋਂ ਉਨ੍ਹਾਂ ਨੇ ਖਜ਼ਾਨੇ ਦੇ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਾਮਲਾ ਉਦੋਂ ਵਿਗੜਿਆ ਸੀ ਜਦੋਂ ਬੋਰਿਸ ਜਾਨਸਨ ਨੇ ਸੀਨੀਅਰ ਕੰਜ਼ਰਵੇਟਿਵ MP ਕ੍ਰਿਸ ਪਿੰਚਰ ਨੂੰ ਡਿਪਟੀ ਚੀਫ ਵਿਪ ਨਿਯੁਕਤ ਕੀਤਾ ਸੀ, ਜਦਕਿ ਕ੍ਰਿਸ ਪਿੰਚਰ ਵਿਰੁੱਧ ਜਬਰ ਜਨਾਹ ਦੇ ਦੋਸ਼ ਲੱਗੇ ਹੋਏ ਸਨ, ਜਿਸ ਕਰਕੇ ਵੱਡਾ ਵਿਵਾਦ ਖੜਾ ਹੋ ਗਿਆ ਸੀ ਤੇ ਆਖਿਰ ਉਸਨੂੰ ਅਸਤੀਫਾ ਦੇਣਾ ਪਿਆ ਸੀ। ਉਸ ਤੋਂ ਬਾਅਦ ਇੱਕ ਹੋਰ ਹਕੀਕਤ ਇਹ ਸਾਹਮਣੇ ਆਈ ਕਿ ਜਾਨਸਨ ਨੂੰ ਤਾਂ ਪਿੰਚਰ ਦੇ ਵਿਵਹਾਰ ਬਾਰੇ 2019 ਤੋਂ ਹੀ ਪੂਰੀ ਜਾਣਕਾਰੀ ਸੀ ਤੇ ਦੂਜੇ ਪਾਸੇ ਰਿਸ਼ੀ ਸੁਨਕ ਨੇ COVID-19 ਮਹਾਮਾਰੀ ਦੇ ਦੌਰਾਨ ਇੰਗਲੈਂਡ ਦੀ ਅਰਥ ਵਿਵਸਥਾ ਨੂੰ ਬਹੁਤ ਬਿਹਤਰ ਢੰਗ ਦੇ ਨਾਲ ਚਲਾਇਆ ਸੀ। ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਦੇ ਪਿਤਾ ਨਾਰਾਇਣ ਮੂਰਤੀ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਦੇ ਮਾਲਕ ਹਨ। ਇਹ ਖਬਰ ਵੀ ਆਈ ਸੀ ਕਿ ਰਿਸ਼ੀ ਸੁਨਕ ਨੇ ਇੰਗਲੈਂਡ ਦੀ ਸਰਕਾਰ ਚ ਕੰਮ ਕਰਨ ਦੇ ਬਾਵਜੂਦ ਅਮਰੀਕੀ ਗ੍ਰੀਨ ਕਾਰਡ ਸਰੈਂਡਰ ਨਹੀਂ ਕੀਤਾ ਸੀ। ਪਾਰਟੀ ਮੂਲ ਦੇ 42 ਸਾਲਾ ਬ੍ਰਿਸਟਰ ਸੁਏਲਾ ਬ੍ਰੇਵਰਮੈਨ, ਜੋ ਇਸ ਵੇਲੇ ਇੰਗਲੈਂਡ ਦੀ ਕੈਬਨਿਟ ਦੇ ਵਿੱਚ ਅਟਾਰਨੀ ਜਨਰਲ ਹਨ, ਵੀ ਬੋਰਿਸ ਜਾਨਸਨ ਦੀ ਥਾਂ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸੇ ਅਹੁਦੇ ਦੇ ਦਾਅਵੇਦਾਰ ਹਨ। 50 ਸਾਲਾ ਪ੍ਰੀਤੀ ਪਟੇਲ 1960 ਦੌਰਾਨ ਯੁਗਾਂਡਾ ਤੋਂ UK ਆਏ ਭਾਰਤੀ ਮੂਲ ਦੇ ਮਾਪਿਆਂ ਦੀ ਸੰਤਾਨ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਆਪਸੀ ਸੰਬੰਧ ਬਹੁਤ ਮਜ਼ਬੂਤ ਹਨ। ਇਹੋ ਕਾਰਨ ਹੈ ਕਿ ਜਾਨਸਨ ਦੇ ਅਸਤੀਫੇ ਦੇ ਬਾਵਜੂਦ ਦੋਵੇਂ ਦੇਸ਼ਾਂ ਵਿਚਾਲੇ ਦੁਬੱਲੇ ਸੰਬੰਧਾਂ ਉੱਤੇ ਕੋਈ ਵੀ ਮਾੜਾ ਅਸਰ ਨਹੀਂ ਪਵੇਗਾ। ਬੋਰਿਸ ਜਾਨਸਨ 24 ਜੁਲਾਈ 2019 ਨੂੰ ਪ੍ਰਧਾਨ ਮੰਤਰੀ ਬਣੇ ਸਨ ਤੇ ਉਹ ਸਿਰਫ 2 ਸਾਲ 358 ਦਿਨ ਆਪਣੇ ਅਹੁਦੇ ਤੇ ਕਾਇਮ ਰਹਿ ਸਕੇ ਤੇ ਇੰਗਲੈਂਡ ਦੇ ਵਿੱਚ ਇਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਹੁਤ ਘੱਟ ਸਮਾਂ ਮੰਨਿਆ ਜਾਂਦਾ ਹੈ। ਇੰਗਲੈਂਡ ਦੇ ਜ਼ਿਆਦਾਤਰ ਪ੍ਰਵਾਸੀ ਭਾਰਤੀ ਇਸ ਵੇਲੇ ਜਾਨਸਨ ਤੋਂ ਖਫਾ ਚੱਲ ਰਹੇ ਹਨ। ਹੁਣ ਸਭ ਨੂੰ ਇਹੋ ਆਸ ਹੈ ਕਿ ਉਨ੍ਹਾਂ ਦੀ ਸਰਕਾਰ ਡਿੱਗਣ ਤੋਂ ਬਾਅਦ ਬ੍ਰੈਕਸਿਟ ਦਾ ਖਾਤਮਾ ਹੋ ਜਾਵੇਗਾ ਅਤੇ ਯੂਰਪੀ ਯੂਨੀਅਨ ਨਾਲ ਇੰਗਲੈਂਡ ਦੇ ਪੁਰਾਣੇ ਤੇ ਸੁਖਾਵੇਂ ਸੰਬੰਧ ਬਹਾਲ ਹੋ ਜਾਣਗੇ। ਤੁਸੀਂ ਵੇਖ ਰਹੇ ਸੀ ਪੰਜਾਬੀ ਦੁਨੀਆ ਜੋਸ਼ ਇੰਡੀਆ ਵੈਬ ਟੀਵੀ ਤੇ ਕੀਤਾ ਸਕਸੈਨਾ ਦੇ ਨਾਲ। ਕਿਸੇ ਹੋਰ ਖਾਸ ਵਿਸ਼ੇ ਦੀ ਟਿੱਪਣੀ ਨੂੰ ਲੈ ਕੇ ਫਿਰ ਤੋਂ ਵਾਪਿਸ ਪਰਤਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।